ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। 10 ਤਰੀਕ ਨੂੰ ਜਿਹੜੀਆਂ ਵੋਟਾਂ ਸ਼ੁਰੂ ਹੋ ਜਾਣਗੀਆਂ, 13 ਤਰੀਕ ਨੂੰ ਉਹਦੇ ਜਿਹੜੇ ਨਤੀਜੇ ਆਉਣੇ ਨੇ। ਚਰਚਾ ਚੋਣਾਂ ਦੇ ਮਾਮਲੇ ਦੇ ਵਿੱਚ ਰਹੀ ਹੈ ਤਾਂ ਉਹ ਜਲੰਧਰ 'ਤੇ ਰਹੀ ਹੈ। ਹਨੇਰੀ ਉਹ ਆ ਗਈ ਕਿ ਮਤਲਬ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਇੱਕ ਅਕਾਲੀ ਦਲ ਅੱਧਾ ਹਾਥੀ ਦੇ ਹੱਕ 'ਚ ਵੋਟ ਮੰਗ ਰਿਹਾ, ਅੱਧਾ ਅਕਾਲੀ ਦਲ ਤੱਕੜੀ ਦੇ ਹੱਕ 'ਚ। ਭਾਰਤੀ ਜਨਤਾ ਪਾਰਟੀ ਲਗਾਤਾਰ ਯਤਨ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਉਸ ਦੀ ਸਥਾਪਤੀ ਹੋ ਜਾਵੇ। ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਿ ਇੱਕ ਸਦੀ ਤੋਂ ਪੁਰਾਣੀ ਚੱਲੀ ਆ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਜਲੰਧਰ ਜ਼ਿਮਨੀ ਚੋਣ ਦੀ। ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਅਤੇ ਪਰਸੋਂ 10 ਤਰੀਕ ਨੂੰ ਜਿਹੜੀਆਂ ਵੋਟਾਂ ਸ਼ੁਰੂ ਹੋ ਜਾਣਗੀਆਂ, ਜਦਕਿ 13 ਤਰੀਕ ਨੂੰ ਉਹਦੇ ਜਿਹੜੇ ਨਤੀਜੇ ਆਉਣੇ ਨੇ। ਸੋ ਅੱਜ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਪਹਿਲਾਂ ਵੱਖ ਵੱਖ ਪਾਰਟੀਆਂ ਨੇ ਰੈਲੀਆਂ ਕੀਤੀਆਂ, ਜਿਹੜੇ ਚੋਣ ਜਲਸੇ ਕੀਤੇ ਨੇ, ਪ੍ਰੈਸ ਕਾਨਫਰੰਸਾਂ ਕੀਤੀਆਂ, ਇੱਕ ਦੂਜੀ ਪਾਰਟੀ 'ਤੇ ਇਲਜ਼ਾਮਬਾਜ਼ੀ ਦਾ ਦੌਰਾ ਜਿਹੜਾ ਉਹ ਜਾਰੀ ਰਿਹਾ। ਸੋ ਇਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਾਡੇ ਚੜ੍ਹਦੀ ਕਲਾ ਦੇ ਸੰਪਾਦਕ ਦਰਸ਼ਨ ਸਿੰਘ ਦਰਸ਼ਕ ਜੀ ਮੇਰੇ ਨਾਲ ਨੇ। ਦਰਸ਼ਕ ਜੀ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਦਰਸ਼ਨ ਜੀ, ਕਿਵੇਂ ਦੇਖਦੇ ਹੋ ਕਿ ਜ਼ਿਮਨੀ ਚੋਣ ਪ੍ਰਚਾਰ ਸਮਾਪਤ ਹੋ ਗਿਆ, ਲਗਭਗ 15-20 ਦਿਨ ਰੇੜਕਾ ਜਿਹੜਾ ਲਗਾਤਾਰ ਚੱਲਦਾ ਰਿਹਾ, ਅਤੇ ਅੱਜ ਉਸ ਚੀਜ਼ 'ਤੇ ਬਰਾਮ ਲੱਗ ਗਿਆ, ਸ਼ਾਂਤੀ ਹੋ ਗਈ, ਸਾਰੀਆਂ ਪਾਰਟੀਆਂ ਨੇ ਅੱਜ ਪੂਰਾ ਦਿਨ ਇੱਕ ਦੂਜੀ ਪਾਰਟੀ 'ਤੇ ਜਿਹੜਾ ਇਲਜ਼ਾਮਬਾਜ਼ੀਆਂ ਦਾ ਜਿਹੜਾ ਸਿਆਸੀ ਦੌਰ ਆ ਜਿਹੜਾ ਉਹ ਜਾਰੀ ਰਿਹਾ। ਰਪਾੜਾ ਜੀ, ਜੇਕਰ ਆਪਾਂ ਜਲੰਧਰ ਦੀ ਗੱਲ ਕਰਦੇ ਹਾਂ, ਪਿਛਲੇ 2 ਸਾਲਾਂ ਤੋਂ ਆਪਾਂ ਲਗਾਤਾਰ ਇਹ ਦੇਖ ਰਹੇ ਹਾਂ ਕਿ ਜੇਕਰ ਜ਼ਿਆਦਾ ਚਰਚਾ ਚੋਣਾਂ ਦੇ ਮਾਮਲੇ ਦੇ ਵਿੱਚ ਰਹੀ ਹੈ ਤਾਂ ਉਹ ਜਲੰਧਰ 'ਤੇ ਰਹੀ ਹੈ। ਚੌਧਰੀ ਸੰਤੋਖ ਸਿੰਘ ਉਹਦੇ ਦੀ ਡੈਥ ਹੁੰਦੀ ਹੈ, ਉੱਥੇ ਜ਼ਿਮਨੀ ਚੋਣ ਹੁੰਦੀ ਹੈ, ਤਾਂ ਸੁਸ਼ੀਲ ਰਿੰਕੂ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਵੱਲੋਂ ਚੋਣ ਜਿੱਤ ਜਾਂਦੇ ਨੇ। ਉਸ ਤੋਂ ਬਾਅਦ ਫਿਰ ਚੋਣ ਹੁੰਦੀਆਂ ਨੇ ਲੋਕ ਸਭਾ ਦੀਆਂ। ਲੋਕ ਸਭਾ ਦੀ ਆਪਾਂ ਹਾਲੇ ਚੋਣਾਂ ਦੇਖ ਹੀ ਰਹੇ ਸੀਗੇ, ਉਹਨਾਂ ਦੇ ਨਤੀਜਿਆਂ ਦਾ ਐਨਾਲਿਸਿਸ ਕਰ ਰਹੇ ਸੀਗੇ, ਤਾਂ ਜਲੰਧਰ ਵੈਸਟ ਜਿਹੜੀ ਸੀਟ ਖਾਲੀ ਹੋ ਗਈ, ਉਹਦਾ ਸ਼ੀਤ ਲੰਗਰਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ, ਅਤੇ ਉਹਨਾਂ ਦਾ ਅਸਤੀਫਾ ਐਕਸੈਪਟ ਹੋ ਗਿਆ ਅਤੇ ਇੱਥੇ ਹੁਣ ਜ਼ਿਮਨੀ ਚੋਣ ਹੋ ਰਹੀ ਹੈ। ਮਤਲਬ ਕਿ 2 ਸਾਲ 'ਚ 4ਵੀਂ ਵਾਰ ਚੋਣ ਹੋਣ ਜਾ ਰਹੀ ਹੈ। ਹਾਂ, 22 'ਚ ਹੋਈਆਂ, ਉਸ ਤੋਂ ਬਾਅਦ 3 ਫਿਰ ਹੋ ਗਈਆਂ ਜੀ। ਆਪਾਂ ਕਹਿ ਸਕਦੇ ਵੀ ਇਹ ਸਭ ਤੋਂ ਜ਼ਿਆਦਾ ਚਰਚਿਤ ਸ਼ਹਿਰ ਰਿਹਾ, ਹਲਕਾ ਰਿਹਾ। ਹੁਣ ਭਾਵੇਂ ਕਿ ਇੱਕ ਛੋਟੇ ਹਲਕੇ ਦੇ ਵਿੱਚ ਚੋਣ ਹੋ ਰਹੀ ਹੈ, ਪਰ ਇਹ ਹੈ ਕਿ ਪੂਰੇ ਪੰਜਾਬ ਦੀ ਨਿਗਾਹ ਇਸ ਸਮੇਂ ਇਸ ਚੋਣ ਹਲਕੇ ਦੇ ਉੱਤੇ ਹੈ। ਉਹਦਾ ਜੀ ਇੱਕ ਹੋਰ ਹੈ, ਚਰਚਿਤ ਉਦੋਂ ਵੀ ਬਹੁਤ ਵੱਡੀ ਚਰਚਾ ਸ਼ੁਰੂ ਹੋ ਗਈ ਸੀ, ਇੱਕ ਚਰਚਿਤ ਸੀਟ ਬਣ ਗਈ ਜਦੋਂ ਇੱਕ CM ਜੀ ਸਾਡੇ ਪੰਜਾਬ ਦਾ CM ਆਪਣੇ ਰਹਿਸ਼ ਹੀ ਬਦਲ ਕੇ ਜਦੋਂ ਉੱਥੇ ਲੈ ਜਾਏ, ਫਿਰ ਤਾਂ ਚਰਚਾ ਹੋਰ ਜ਼ਿਆਦਾ ਹੋ ਜਾਂਦੀ ਹੈ। ਆਹੋ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਵੀ ਡੇਰੀ ਲਾ ਲਏ। ਹਾਂ, ਉਹ ਡੇਰੇ ਲਾ ਲਏ ਹੈ। ਹਾਂ, ਉਹਦਾ ਡੇਰਾ ਲਾਉਣ ਦਾ ਕਾਰਨ ਇਹੀ ਹੈ ਕਿ ਜਦੋਂ ਇਹ ਚੋਣਾਂ ਲੋਕ ਸਭਾ ਦੀ ਚੋਣਾਂ ਸੀਗੀਆਂ, ਅਤੇ ਆਪਾਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ ਕਿ ਭਗਵੰਤ ਮਾਨ ਉਹਨੇ ਕਹਿੰਦੇ ਸੀਗੇ ਪੱਟਾਂ 'ਤੇ ਥਾਪੀਆਂ ਮਾਰ ਮਾਰ ਕੇ ਗੱਲਾਂ ਕਰਦੇ ਹੁੰਦੇ ਸੀਗੇ, ਜਿੰਨੇ ਵੀ ਇਹਨਾਂ ਦੇ ਲੀਡਰ ਹੁੰਦੇ ਸੀਗੇ, ਵੀ ਅਸੀਂ ਤਾਂ 13 ਦੀਆਂ 13 ਸੀਟਾਂ ਜਿੱਤ ਲਵਾਂਗੇ। ਅਤੇ ਉਹਦਾ ਕਾਰਨ ਇਹੀ ਸੀਗਾ ਕਿ ਇਹਨਾਂ ਨੂੰ ਬੜਾ ਇਸ ਗੱਲ ਦਾ ਮਾਣ ਸੀਗਾ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਧੜਾ ਧੜ ਵੋਟਾਂ ਪਾ ਲੈਣਗੇ ਅਤੇ ਬਟਨ ਸਿਰਫ ਝਾੜੂ 'ਤੇ ਹੀ ਦੱਬਿਆ ਜਾਊਗਾ।
ਉਹਦਾ ਕਾਰਨ ਇਹ ਸੀਗਾ ਵੀ ਅਸੀਂ ਇਹ ਵੀ ਇਹ ਦਾਅਵਾ ਕਰਦੇ ਹੁੰਦੇ ਸੀਗੇ ਵੀ ਅਸੀਂ ਬਹੁਤ ਸਾਰੇ ਵਾਅਦੇ ਪੂਰੇ ਕਰ ਲਿੱਤੇ ਆ, ਅਤੇ ਜਦੋਂ ਚੋਣ ਨਤੀਜੇ ਸਾਹਮਣੇ ਆਏ ਉਹ ਬਿਲਕੁਲ ਅਲੱਗ ਸੀਗੇ, ਤਿੰਨ ਰਹਿ ਗਈਆਂ। ਜਦਕਿ ਜਿਹੜੀ ਕਾਂਗਰਸ ਹੈ ਜਿਹਦੀ ਉਹ ਇੱਥੇ ਇਸ ਸਮੇਂ ਸਰਕਾਰ ਵੀ ਨਹੀਂ ਸੀਗੀ, ਉਹ 7 ਸੀਟਾਂ ਜਿੱਤ ਕੇ ਲੈ ਗਈ, ਅਤੇ ਇਸ ਗੱਲ ਕਰਕੇ ਇਹ ਜਿਹੜੀ ਆਮ ਆਦਮੀ ਪਾਰਟੀ ਦਾ ਕਾਫੀ ਆਲੋਚਨਾ ਹੋਈ ਹੈ। ਖੁਦ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਵੀ ਮਹਿਸੂਸ ਕਰ ਰਹੇ ਨੇ ਵੀ ਆਖਿਰਕਾਰ ਹੋਇਆ ਅਜਿਹਾ ਕਿਉਂ ਹੈ। ਹੁਣ ਜਿਹੜੀ ਜਲੰਧਰ ਦੀ ਸੀਟ ਹੈ ਉਹ ਇਸ ਗੱਲ ਕਰਕੇ ਆਮ ਆਦਮੀ ਪਾਰਟੀ ਲਈ ਵਕਾਰ ਦਾ ਮੁੱਦਾ ਬਣੀ ਹੋਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸੀਟ ਹੀ ਇਹਨਾਂ ਦੀ ਸੀਗੀ, ਠੀਕ ਹੈ, ਪਰ ਦੂਜੇ ਪਾਸੇ ਇਸ ਵਾਰ ਜਦੋਂ ਹੁਣ ਲੋਕ ਸਭਾ ਚੋਣਾਂ ਹੋਈਆਂ ਤਾਂ ਕਾਂਗਰਸ ਨੂੰ ਸਭ ਤੋਂ ਵੱਧ ਜਿਹੜੀਆਂ ਵੋਟਾਂ ਮਿਲੀਆਂ ਅਤੇ ਆਮ ਆਦਮੀ ਪਾਰਟੀ ਤੀਜੇ ਸਥਾਨ 'ਤੇ ਸੀਗੀ। ਹੁਣ ਭਗਵੰਤ ਮਾਨ ਉਹਨੇ ਲਗਾਤਾਰ ਜਿਹੜਾ ਹੈਗਾ ਯਤਨ ਕਰ ਰਹੇ ਸੀਗੇ ਕਿ ਮਤਲਬ ਕਿਵੇਂ ਨਾ ਕਿਵੇਂ ਜਿਹੜੀ ਹੈਗੀ ਹੈ ਕਾਂਗਰਸ ਦੇ ਨਾਲੋਂ ਵੱਧ ਵੋਟਾਂ ਤੀਜੇ ਤੋਂ ਪਹਿਲੇ 'ਤੇ ਕਿਵੇਂ ਆਉਣਾ, ਜੋ ਇਹੀ ਹੈ ਕਿ ਤੀਜੇ ਤੋਂ ਪਹਿਲੇ 'ਤੇ ਕਿਵੇਂ ਆਉਣਾ। ਹਾਂ, ਜਿਵੇਂ ਹੁਣ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਅਤੇ ਇਸ ਕੰਮ ਦੇ ਲਈ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਨੇ ਕੋਈ ਕਸਰ ਨਹੀਂ ਛੱਡੀ ਹੈਗੀ, ਅਤੇ ਉਹਦੇ ਵਿੱਚ ਜਿਵੇਂ ਮੈਂ ਕੱਲ੍ਹ ਵੀ ਗੱਲ ਕਰੀ ਸੀਗੀ ਕਿ ਹਰੇਕ ਦਾ ਸਵਾਗਤ ਹੁੰਦਾ, ਅਸੀਂ ਕਹਿੰਦੇ ਦਰਵਾਜ਼ੇ ਖੁੱਲ੍ਹੇ ਆ ਵੀ ਚਗਾਠ ਹੀ ਪੱਟਦੀ, ਆਈ ਚਲੋ ਆਈ ਚਲੋ, ਦੇ ਤੇਰੇ ਦੀ ਚਾਹੇ ਕਾਂਗਰਸੀ ਹੈ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ, ਸਾਰਿਆਂ ਦਾ ਉਹਨਾਂ ਦਾ ਸਵਾਗਤ ਕੀਤਾ। ਹੁਣ ਪਤਾ ਨਹੀਂ ਦੱਸਣ ਜੀ, ਇੱਕ ਆਪਾਂ ਇੱਥੇ ਗੱਲ ਜਿਹੜਾ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਚਾਹੇ ਉਹ ਸੱਤਾ 'ਤੇ ਰਹੇ ਚਾਹੇ ਅਕਾਲੀ ਦਲ ਹੈ ਚਾਹੇ ਬੀਜੇਪੀ ਹੈ ਚਾਹੇ ਕਾਂਗਰਸ ਹੈ, ਉਹਦੇ 'ਚ ਲੀਡਰ ਲਗਾਤਾਰ ਸ਼ਾਮਿਲ ਹੁੰਦੇ ਨੇ, ਵੱਖ ਵੱਖ ਪਾਰਟੀਆਂ ਤੋਂ, ਕੋਈ ਬੀਜੇਪੀ 'ਚੋਂ, ਕਾਂਗਰਸ 'ਚ, ਕਾਂਗਰਸ 'ਚੋਂ ਅਕਾਲੀ ਦਲ, ਅਕਾਲੀ ਦਲ ਆਪ 'ਚ, ਇੱਦਾਂ ਹੁੰਦਾ। ਕੀ ਲੱਗਦਾ ਆਪਾਂ ਨੂੰ ਕਿ ਜਦੋਂ ਲੋਕਾਂ ਦੇ ਜਿਹੜਾ ਸ਼ਾਮਿਲ ਹੋਣ ਦਾ ਲਗਾਤਾਰ ਸਿਲਸਿਲਾ ਜਾਰੀ ਰਹਿੰਦਾ ਕਿ ਉਹਦੇ ਨਾਲ ਵੋਟ ਬੈਂਕ ਦਾ ਫਰਕ ਪੈਂਦਾ ਜਾਂ ਇੱਕ ਸਿਰਫ ਚਰਚਾ ਹੀ ਹੁੰਦੀ ਹੈ ਕਿ ਹਾਂਜੀ ਆ ਜੋ ਸ਼ਾਮਿਲ ਹੋ ਗਿਆ ਜੋ ਸ਼ਾਮਿਲ ਹੋ ਗਿਆ, ਕੋਈ ਵੋਟ ਬੈਂਕ ਦਾ ਫਰਕ ਪੈਂਦਾ ਇਹਦੇ ਵਿੱਚ? ਦੇਖੋ ਗੱਲ ਇਹ ਹੈ ਕਿ ਤੁਸੀਂ ਪੈਂਦਾ ਵੀ ਹੈ ਅਤੇ ਗੱਲ ਇਹ ਹੁੰਦੀ ਹੈ ਵੀ ਚਿਹਰਾ ਕਿਹੋ ਜਿਹਾ। ਹੁਣ ਜਿਵੇਂ ਆਪਾਂ ਪਿਛਲੀ ਲੋਕ ਸਭਾ ਦੀ ਗੱਲ ਕਰਦੇ ਹਾਂ, ਰਾਜ ਕੁਮਾਰ ਚੱਬੇਵਾਲ ਕਾਂਗਰਸ ਤੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਅਤੇ ਲੋਕਾਂ ਨੇ ਉਹਨਾਂ ਨੂੰ ਜਿਤਾ ਦਿੱਤਾ। ਇੱਥੇ ਜਦੋਂ ਆਪਾਂ ਇੱਥੇ ਦੀ ਗੱਲ ਕਰਦੇ ਹਾਂ ਅਤੇ ਇੱਥੋਂ ਜਿਹੜੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦਾ ਲੈ ਕੇ ਆਉਂਦਾ ਲੀਡਰ, ਪਰ ਉਹ ਨਹੀਂ ਜਿੱਤਿਆ ਹੈਗਾ। ਫਿਰ ਉਸ ਤੋਂ ਬਾਅਦ ਜਿਹੜਾ ਚਰਨਜੀਤ ਸਿੰਘ ਚੰਨੀ ਸੀਗਾ ਉਹੀ ਸਿਰ ਜਿਹੜਾ ਪਾਰਟੀ ਦਾ ਜਿਹੜਾ ਉਮੀਦਵਾਰ ਸੀਗਾ ਕਾਂਗਰਸ ਦਾ ਜਿਹੜਾ ਹੈਗਾ ਉਹ ਇੱਥੇ ਕੋਈ ਦਲ ਬਦਲੂ ਨੂੰ ਨਹੀਂ ਜਿਤਾਇਆ ਹੈਗਾ। ਹੁਸ਼ਿਆਰਪੁਰ ਦੇ ਲੋਕਾਂ ਨੇ ਦਲ ਬਦਲ ਨੂੰ ਜਿਤਾ ਦਿੱਤਾ, ਇੱਥੇ ਦਲ ਬਦਲ ਨੂੰ ਨਹੀਂ ਜਿਤਾਇਆ ਹੈਗਾ। ਹੁਣ ਵੀ ਦਲ ਬਦਲੀਆਂ ਕਾਫੀ ਆਪਾਂ ਦੇਖਣ ਨੂੰ ਮਿਲ ਰਿਹਾ। ਇਹ ਹੈ ਵੀ ਕਿਤੇ ਲੋਕਾਂ ਦਾ ਕੁਛ ਨਹੀਂ ਪਤਾ ਲੱਗਦਾ ਹੈਗਾ। ਪੰਜਾਬ ਦੇ ਵਿੱਚ ਅਸੀਂ ਦੇਖ ਲਿਆ ਵੀ ਕੌਣ ਕਹਿੰਦਾ ਸੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਜਿੱਤ ਜਾਣਗੇ, ਕੌਣ ਕਹਿੰਦਾ ਸੀ ਕੋਈ ਫਰੀਦਕੋਟ ਦੋ, ਜਦਕਿ ਫਰੀਦਕੋਟ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਖਡੂਰ ਸਾਹਿਬ ਤਾਂ ਫਿਰ ਵੀ ਅੰਮ੍ਰਿਤਪਾਲ ਦਾ ਜਿਹੜਾ ਦਬਦਬਾ ਹੈਗਾ ਸੀ ਲੋਕਾਂ ਦਾ, ਮਤਲਬ ਇੱਕ ਲਹਿਰ ਸੀਗੀ ਲੋਕਾਂ ਦੀ ਲਹਿਰ ਬਣੀ, ਪਰ ਜਿਹੜਾ ਫਰੀਦਕੋਟ ਸੀ ਉਹ ਤਾਂ ਬਿਲਕੁਲ ਐਂਡ 'ਤੇ ਅਖੀਰ ਦੇ ਵਿੱਚ ਲੋਕਾਂ ਦਾ ਜਿਹੜਾ ਹੈਗਾ ਹਨੇਰੀ ਉਹ ਆ ਗਈ ਕਿ ਮਤਲਬ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਲੋਕ ਮਤਲਬ ਆਪ ਮੁਹਾਰੇ ਉਹਨਾਂ ਦੇ ਮਗਰ ਤੁਰ ਪਏ, ਅਨਾਊਂਸਮੈਂਟਾਂ ਸ਼ੁਰੂ ਹੋ ਗਈਆਂ। ਇਸ ਗੱਲ ਕਰਕੇ ਪੰਜਾਬ ਦੇ ਲੋਕਾਂ ਦਾ ਕੋਈ ਪਤਾ ਨਹੀਂ ਲੱਗਦਾ ਹੈਗਾ। ਜਲੰਧਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਦਰਸ਼ਨ ਜੀ, ਵੀ ਜਲੰਧਰ ਦੀ ਹੁਣ ਆਪਾਂ ਉੱਥੇ ਕਾਂਗਰਸ ਵੀ ਹੈ, ਅਕਾਲੀ ਦਲ ਦਾ ਉਹ ਤਾਂ ਚਲੋ ਹੁਣ ਦੋ ਫਾਰੀ ਹੈ, ਜਿਹੜਾ ਇੱਕ ਅਕਾਲੀ ਦਲ ਅੱਧਾ
ਹਾਥੀ ਦੇ ਹੱਕ 'ਚ ਵੋਟ ਮੰਗ ਰਿਹਾ, ਅੱਧਾ ਅਕਾਲੀ ਦਲ ਤੱਕੜੀ ਦੇ ਹੱਕ 'ਚ ਵੋਟ ਮੰਗ ਰਿਹਾ। ਉਹਦਾ ਦੁਫਾੜ ਹੀ ਹੋ ਰਿਹਾ ਕਿ ਉਹਦਾ ਸਾਹਮਣੇ ਹੀ ਆ ਜਦੋਂ ਵੋਟਾਂ ਦੀ ਹੈ। ਅੱਧਾ ਇੱਕ ਅਕਾਲੀਆਂ ਦਾ ਗਰੁੱਪ ਇਸ ਗਲੀ 'ਚ ਫਿਰ ਰਿਹਾ ਵੀ ਹਾਥੀ ਨੂੰ ਪਾਓ, ਦੂਜਾ ਅਕਾਲੀ ਦਲ ਦਾ ਗਰੁੱਪ ਇਸ ਗਲੀ 'ਚ ਫਿਰ ਰਿਹਾ, ਉਹ ਕਹਿੰਦਾ ਤੁਸੀਂ ਤੱਕੜੀ ਨੂੰ ਪਾਓ। ਅਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਕਹਿ ਰਹੀ ਹੈ, ਬੀਜੇਪੀ ਆ, ਆਪਾਂ ਉਸ ਉਹਨਾਂ ਧਿਰਾਂ ਨੂੰ ਕਿਵੇਂ ਦੇਖਦੇ ਹਾਂ? ਦੇਖੋ, ਕਾਂਗਰਸ ਵਾਸਤੇ ਵੀ ਇਹ ਇੱਕ ਵਕਾਰੀ ਮੁੱਦਾ ਹੀ ਹੈ। ਉਹਦਾ ਕਾਰਨ ਇਹ ਕਿ ਹਾਲ ਹੀ ਦੇ ਵਿੱਚ ਜਿਹੜੀ ਲੋਕ ਸਭਾ ਚੋਣ ਹੋਈ ਹੈ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਬੜੀ ਵਧੀਆ ਢੰਗ ਦੇ ਨਾਲ ਜਿੱਤੇ, ਅਤੇ ਇਹ ਜਿਹੜਾ ਚੋਣ ਹਲਕਾ ਸੀਗਾ ਉਹਦੇ ਵਿੱਚ ਕਾਂਗਰਸ ਨੂੰ ਬਾਕੀ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਵੋਟਾਂ, 42,000 ਦੇ ਕਰੀਬ ਵੋਟ ਮਿਲੀ ਹੈ। ਅਤੇ ਇਸ ਗੱਲ ਕਰਕੇ ਜਿਹੜਾ ਹੈਗਾ ਕਾਂਗਰਸ ਇਹ ਚਾਹੁੰਦੀ ਹੈ ਕਿ ਜਿਹੜੀ ਲੈ ਬਣੀ ਹੋਈ ਹੈ ਉਹਦੇ ਹੱਕ ਦੇ ਵਿੱਚ ਹੁਣ ਹਵਾ ਬਣੀ ਹੋਈ ਹੈ, ਉਹ ਹਵਾ ਹੁਣ ਰੁਕਣੀ ਨਹੀਂ ਚਾਹੀਦੀ ਹੈਗੀ। ਅੱਜ ਇਹ ਚੋਣਾਂ ਨੇ, ਫਿਰ 4 ਹੋਰ ਚੋਣਾਂ ਵੀ ਆਉਣ ਵਾਲੀਆਂ ਨੇ, ਅਤੇ ਉਹਦੇ ਵਿੱਚ ਵੀ ਉਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਲਹਿਰ ਬਣਾ ਕੇ ਰੱਖਣਾ ਚਾਹੁੰਦੀ ਹੈ। ਇਸ ਗੱਲ ਕਰਕੇ ਕਾਂਗਰਸ ਦੇ ਲਈ ਇਹ ਬੜੀ ਵੱਡੀ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਵਕਾਰੀ ਮੁੱਦਾ ਉਹਦੇ ਵਾਸਤੇ ਵੀ ਹੈ। ਅਤੇ ਉਸ ਤੋਂ ਬਾਅਦ ਅਗਲੀ ਗੱਲ ਹੁੰਦੀ ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਪਾਰਟੀ ਲਗਾਤਾਰ ਯਤਨ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਉਸ ਦੀ ਸਥਾਪਤੀ ਹੋ ਜਾਵੇ। ਅਤੇ ਹਾਲਾਂਕਿ ਜਿਹੜੀਆਂ ਉਹਦੀ ਭਾਈਵਾਲ ਪਾਰਟੀ ਹੁੰਦੀ ਸੀ ਅਕਾਲੀ ਦਲ, ਅਕਾਲੀ ਦਲ ਤਾਂ ਉਹ ਛੋਟੇ ਭਰਾ ਵਜੋਂ ਕੰਮ ਕਰਦੀ ਆ ਰਹੀ, ਪਰ ਇਹਨਾਂ ਚੋਣਾਂ ਦੇ ਵਿੱਚ ਉਸ ਦੀਆਂ ਜਿਹੜੀ ਵੋਟਾਂ ਜਿਹੜੀ ਹੋਈਆਂ ਅਕਾਲੀ ਦਲ ਨਾਲੋਂ ਜ਼ਿਆਦਾ ਹੋ ਗਈਆਂ। ਅਤੇ ਭਾਰਤੀ ਜਨਤਾ ਪਾਰਟੀ ਨੂੰ ਪਤਾ ਜੇ ਉਹ ਨਹੀਂ ਜਿੱਤਦੀ ਹੈਗੀ ਪਰ ਵੋਟ ਪਰਸੈਂਟੇਜ ਹੈ ਉਸਦੀ ਵਧਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਵੀ ਸੰਸਦ ਦੇ ਵਿੱਚ ਬਕਾਇਦਾ ਇੱਕ ਜ਼ਿਕਰ ਕੀਤਾ ਸੀਗਾ ਕਿ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਅਸੀਂ ਨਹੀਂ ਜਿੱਤ ਸਕੇ, ਪੰਜਾਬ 'ਚ ਕੋਈ ਸੀਟ ਨਹੀਂ ਆਈ, ਪਰ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ, ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ ਸੰਸਦ 'ਚ। ਠੀਕ ਹੈ, ਉਹ ਜਿਹੜੇ ਪ੍ਰਦਰਸ਼ਨ ਦਾ ਕਾਰਨ ਇਹ ਵੀ ਹੈ ਕਿਉਂ ਇੰਨੀਆਂ ਵੋਟਾਂ ਮਿਲੀਆਂ, ਉਹਦਾ ਕਾਰਨ ਇਹ ਹੈ ਅੱਗੇ 3 ਸੀਟਾਂ 'ਤੇ ਜਿੱਤਦੇ ਸੀਗੇ ਅਤੇ ਹੋਰ ਜਿਹੜੀਆਂ ਬਾਕੀ 9 ਸੀਟਾਂ ਸੀਗੀਆਂ ਉਹ 9 ਸੀਟਾਂ ਦੇ ਉੱਤੇ ਅਕਾਲੀ ਦਲ ਨੂੰ ਵੋਟ ਪੈਂਦੀ ਸੀਗੀ। ਉਹ ਜਿਹੜੀ ਵੋਟ ਹੈ ਉਹ ਸਾਰੀ ਦੀ ਸਾਰੀ ਜਿਹੜੀ ਅਕਾਲੀ ਦਲ ਨੂੰ ਪੈਂਦੀ ਸੀਗੀ ਭਾਰਤੀ ਜਨਤਾ ਪਾਰਟੀ ਦੀ, ਉਹ ਸ਼ਿਫਟ ਹੋ ਕੇ ਭਾਜਪਾ ਦੇ ਹੱਕ ਵਿੱਚ ਚਲੀ ਗਈ। ਇਸ ਗੱਲ ਕਰਕੇ ਭਾਜਪਾ ਦੀ ਜਿਹੜੀ ਵੋਟ ਪਰਸੈਂਟੇਜ ਵਧੀ ਵੀ ਹੈ ਅਤੇ ਇਹ ਤਾਂ ਹੁਣ ਹੌਲੀ ਹੌਲੀ ਪਤਾ ਲੱਗੂਗਾ। ਪਰ ਉਹਦੇ ਨਾਲ ਨਾਲ ਇੱਕ ਇਹ ਵੀ ਹੈ ਨਾ, ਜਿਹੜੇ ਕਾਂਗਰਸ ਦੇ ਪ੍ਰਮੁੱਖ ਵੱਡੇ ਵੱਡੇ ਲੀਡਰ ਨੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਨੇ, ਹੋਰ ਜਿਹੜੀਆਂ ਬਾਕੀ ਪਾਰਟੀਆਂ ਦੇ ਵੀ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਨੇ। ਇਸ ਗੱਲ ਕਰਕੇ ਉਸ ਦੀ ਪਰਸੈਂਟੇਜ ਵਧੀ ਹੈ ਅਤੇ ਉਸ ਪਰਸੈਂਟੇਜ ਨੂੰ ਇੱਕ ਤਰੀਕੇ ਦੇ ਨਾਲ ਉਹਦਾ ਪ੍ਰਚਾਰ ਕਰਕੇ ਉਹ ਭਾਰਤੀ ਜਨਤਾ ਪਾਰਟੀ ਚਾਹ ਰਹੀ ਹੈ ਕਿ ਇਹ ਦਰਸਾਵੇ ਲੋਕਾਂ ਨੂੰ ਦੱਸੇ ਕਿ ਅਸੀਂ ਜਿਹੜੇ ਹੈਗਾ ਪੰਜਾਬ ਦੇ ਵਿੱਚ ਸਥਾਪਿਤ ਹੋ ਰਹੇ ਹਾਂ। ਇਸ ਕਰਕੇ ਉਸ ਵੱਲੋਂ ਹੋਰ ਵੀ ਕਈ ਰਣਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਜਿਹਦੇ ਵਿੱਚ ਖਾਸ ਤੌਰ 'ਤੇ ਦਲਿਤ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਿਸਾਨੀ ਉਹਨਾਂ ਦੇ ਆਲਰੇਡੀ ਉਹਨਾਂ ਦੇ ਖਿਲਾਫ ਚੱਲ ਰਹੀ ਹੈ ਅਤੇ ਇਸ ਤਰੀਕੇ ਦੀ ਇੰਨੀ ਕੁ ਬੈਲਟ ਜਿਹੜੀ ਦਰਸ਼ਨ ਜੀ ਉੱਥੇ ਵਾਲੀ ਹੈਗੀ ਹੈ ਜਲੰਧਰ ਵੈਸਟ ਦੀ, ਖਾਸ ਕਰਕੇ ਸ਼ਹਿਰੀ ਇਲਾਕਾ ਉੱਥੇ 95% ਸ਼ਹਿਰੀ ਇਲਾਕਾ ਪੈਂਦਾ 90%, ਪਰ ਉੱਥੇ ਕਿਸਾਨਾਂ ਦਾ ਕੋਈ ਬਹੁਤ ਅਸਰ ਨਹੀਂ ਹੈ, ਨਾ ਹੀ ਕਿਸਾਨਾਂ ਨੇ ਕੋਈ ਰੈਲੀ ਕੀਤੀ। ਦੇਖੋ, ਉੱਥੇ ਤਾਂ ਕਿਸਾਨਾਂ ਦਾ ਹੈ ਹੀ ਨਹੀਂ ਮੁੱਦਾ, ਹੀ ਨਹੀਂ ਵਿਰੋਧ ਵੀ ਨਹੀਂ ਕੀਤਾ। ਅਤੇ ਉੱਥੇ ਤਾਂ ਦੱਸਾਂ ਕੀ ਹੈ, ਉੱਥੇ ਜਿਹੜੀ ਜਾਤੀਆਂ ਨੇ ਇੱਕੋ ਜਾਤੀ ਆ, ਉੱਥੇ ਰਮਦਾਸੀ ਅਤੇ ਰਵਿਦਾਸੀ ਭਾਈਚਾਰਾ ਹੀ ਸਭ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਉਹਨਾਂ ਦੇ ਆਪਸ ਦੇ ਵਿੱਚ ਹੀ ਜਿਹੜੀ ਸਿਆਸੀ ਤੌਰ 'ਤੇ ਟਕਰਾਓ ਚੱਲ ਰਿਹਾ, ਲੜਾਈ ਚੱਲ ਰਹੀ ਹੈ। ਅਤੇ ਕੁਛ ਲੋਕ ਜਿਵੇਂ ਹੁਣ ਭਗਤ ਬਰਾਦਰੀ ਹੈ, ਉਹ ਅੱਗੇ ਬਰਾਦਰੀਆਂ ਦੇ ਵਿੱਚ ਵੀ ਪਰ ਭਗਤ ਬਰਾਦਰੀ ਇਸ ਟਾਈਮ ਕਹਿੰਦੇ ਆ ਵੀ ਮਹਿੰਦਰ ਭਗਤ ਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਹੈ ਇਹ, ਪਰ ਇਹ ਤਾਂ ਉਦੋਂ ਪਤਾ ਲੱਗੂਗਾ ਜਦੋਂ ਵੋਟਾਂ ਪੈਣੀਆਂ। ਪਰ ਜਦੋਂ ਹੁਣ ਅਗਲੀ ਗੱਲ ਕਰਦੇ ਹਾਂ, ਇੱਕ ਗੱਲ ਜਿਹੜੀ ਅਕਾਲੀ ਦਲ ਦੀ ਹੈ,
ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਿ ਇੱਕ ਸਦੀ ਤੋਂ ਪੁਰਾਣੀ ਚੱਲੀ ਆ ਰਹੀ ਹੈ। ਇਸ ਦਾ ਇੱਕ ਆਪਣੇ ਆਪ ਦੇ ਵਿੱਚ ਬੜਾ ਸ਼ਾਨਦਾਰ ਇਤਿਹਾਸ ਵੀ ਰਿਹਾ ਅਤੇ ਹੁਣ ਉਸ ਦੇ ਹਾਲਾਤ ਇੰਨੇ ਕੁ ਜ਼ਿਆਦਾ ਮਾੜੇ ਹੋ ਚੁੱਕੇ ਹੈ ਕਿ ਜਦੋਂ ਇਹ ਚੋਣਾਂ ਹੋਈ ਸੀ ਤਾਂ 2600 ਵੋਟ ਜਿਹੜੀ ਹੈਗੀ ਹੈ ਅਕਾਲੀ ਦਲ ਨੂੰ ਪਈ ਸੀ। ਅਕਾਲੀ ਦਲ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਪਤਾ ਹੀ ਸੀਗਾ ਕਿ ਅਸੀਂ ਜਿੱਤ ਨਹੀਂ ਸਕਦੇ ਹੈਗੇ, ਪਰ ਸਤਿਕਾਰਯੋਗ ਵੋਟ ਪੈਂਦੀ ਹੈ ਕਿ ਨਹੀਂ ਪੈਂਦੀ ਹੈਗੀ। ਅਤੇ ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਵਾਲੇ ਦੇ ਵਿਰੋਧੀ ਨੇ, ਖਾਸ ਤੌਰ 'ਤੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਬਾਗੀ ਨੇ, ਉਹ ਇਹ ਚਾਹ ਰਹੇ ਨੇ ਕਿ ਅਸੀਂ ਘੱਟੋ ਘੱਟ ਜਿਵੇਂ ਇੱਥੇ 20,000 ਸਿੱਖ ਵੋਟ ਹੈ, 20,000 ਦੇ ਵਿੱਚੋਂ 10,000 ਤੱਕ ਵੀ ਜੇ ਅਸੀਂ ਪਹੁੰਚ ਜਾਂਦੇ ਹਾਂ ਤਾਂ ਪਹਿਲਾਂ ਦੱਸਿਓ ਨੂੰ 2600 ਵੋਟ ਪੈਂਦੀ ਹੈ ਜਦੋਂ ਵਿਧਾਨ ਸਭਾ ਲੋਕ ਸਭਾ ਦੇ ਵਿੱਚ 2600 ਵੋਟ ਲੈ ਕੇ ਜਾਂਦਾ ਹੈ ਕੇਪੀ ਸਿੰਘ ਜਿਹੜੇ ਮਹਿੰਦਰ ਸਿੰਘ ਕੇਪੀ ਖੜੇ ਆ। ਪਰ ਹੁਣ ਉਹ ਇਹ ਕਹਿ ਰਹੇ ਸੋਚ ਰਹੇ ਨੇ ਵੀ ਜੇ ਸਾਨੂੰ 2600 ਤੋਂ 3 ਵੀ ਪੈਂਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਨੂੰ ਸੋਚਣਾ ਪਏਗਾ ਵੀ ਇਹ ਪਾਰਟੀ ਤੋਂ ਬਾਗੀ ਹੋ ਕੇ ਵੀ 3000 ਲੈ ਗਏ। ਨਹੀਂ ਨਹੀਂ, ਸੁਖਬੀਰ ਸਿੰਘ ਬਾਦਲ ਸੋਚਦਾ ਕਿ ਨਹੀਂ ਸੋਚਦਾ ਹੈਗਾ, ਪਰ ਉਹਨੂੰ ਇਹ ਸ਼ੀਸ਼ਾ ਦਿਖਾਉਣਗੇ ਕਿ ਦੇਖੋ ਅਸੀਂ ਜਿਹੜੇ ਹੈਗਾ ਅਲੱਗ ਤੌਰ 'ਤੇ ਚੋਣ ਲੜੇ ਹਾਂ, ਜਿਹੜਾ ਹੈਗਾ ਬੇਸ਼ੱਕ ਤੁਸੀਂ ਜਿਹੜਾ ਉਮੀਦਵਾਰ ਐਲਾਨਿਆ ਸੀਗਾ ਉਸ ਦਾ ਸਮਰਥਨ ਨਹੀਂ ਕੀਤਾ ਹੈਗਾ, ਪਰ ਇਸ ਦੇ ਬਾਵਜੂਦ ਵੀ ਇਹ ਉਮੀਦਵਾਰ ਸਤਿਕਾਰਯੋਗ ਵੋਟਾਂ ਲੈ ਗਿਆ। ਅਤੇ ਇਸ ਗੱਲ ਕਰਕੇ ਜਿਹੜੇ ਬਾਕੀ ਧੜਾ ਉਹ ਆਪਣੇ ਆਪ ਦੇ ਵਿੱਚ ਇਸੇ ਗੱਲ ਕਰਕੇ ਉਸ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਕਿ ਕਿਵੇਂ ਨਾ ਕਿਵੇਂ ਸੁਰਜੀਤ ਕੌਰ ਉਹਨਾਂ ਨੂੰ ਕੁਛ ਵੱਧ ਤੋਂ ਵੱਧ ਵੋਟਾਂ ਪਵਾਈਆਂ ਜਾ ਸਕਣ। ਹਾਂਜੀ ਦਰਸ਼ਨ ਜੀ, ਇੱਕ ਹੋਰ ਹੈ ਕਿ ਅੱਜ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਹ ਕਹਿੰਦੇ ਨੇ ਵੀ ਇੱਥੇ ਧੱਕਾ ਹੋਣ ਦੀ ਸ਼ੰਕਾ 100%, ਅਤੇ ਉਹਨਾਂ ਨੇ ਇੱਕ ਵੱਡਾ ਇਲਜ਼ਾਮ ਲਾਇਆ ਸੱਤਾ ਧਿਰ 'ਤੇ। ਉਹ ਕਹਿੰਦੇ ਇੱਥੇ 25 DSP ਬਾਹਰਲੀਆਂ ਹੋਰਲੇ ਇਲਾਕਿਆਂ 'ਚੋਂ ਲਿਆ ਕੇ ਇੱਥੇ ਤੈਨਾਤ ਕੀਤੇ ਗਏ ਨੇ ਗੁਪਤ ਤਰੀਕੇ ਨਾਲ, ਕਿ ਉਹਨਾਂ ਦੀ ਡਿਊਟੀ ਇਹੀ ਹੈ ਕਿ ਤੁਸੀਂ ਧੱਕਾ ਕਰਾਉਣਾ ਕਿਵੇਂ ਆ। ਕੋਈ ਸੱਚਾਈ ਹੋ ਸਕਦੀ ਹੈ ਇਹਦੇ 'ਚ? ਦੇਖੋ ਗੱਲ ਇਹ ਹੈ, ਅਸੀਂ ਪਿਛਲੇ ਸਮੇਂ ਦੌਰਾਨ ਵੀ ਦੇਖਿਆ, ਚਾਹੇ ਕਾਂਗਰਸ ਦੀ ਸਰਕਾਰ ਹੁੰਦੀ ਸੀ ਚਾਹੇ ਆਪਣਾ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ, ਜਦ ਅਜਿਹੀ ਜ਼ਿਮਨੀ ਚੋਣ ਹੁੰਦੀ ਸੀਗੀ ਤਾਂ ਉਸ ਸਮੇਂ ਜਿਹੜਾ ਹੈਗਾ ਸਰਕਾਰੀ ਮਸ਼ੀਨਰੀ ਦੀ ਵਰਤੋਂ ਜਾਂ ਦੁਰਵਰਤੋਂ ਹੁੰਦੀ ਸੀਗੀ। ਪਰ ਇੱਕ ਚੋਣ ਬੜੀ ਜ਼ਬਰਦਸਤ ਹੋਈ ਸੀਗੀ, ਉਹ ਚੋਣ ਸੀ ਗਿੱਦੜਵਾਹੇ ਦੀ, ਜਦੋਂ ਮਨਪ੍ਰੀਤ ਸਿੰਘ ਬਾਦਲ ਪਹਿਲੀ ਵਾਰ ਚੋਣ ਮੈਦਾਨ ਵਿੱਚ ਜਿੱਤਿਆ ਸੀਗਾ। ਉਸ ਸਮੇਂ ਬੇਅੰਤ ਸਿੰਘ ਸਰਕਾਰ ਨੇ ਪੂਰੀ ਮਸ਼ੀਨਰੀ ਲਗਾ ਦਿੱਤੀ ਸੀ, ਪਰ ਜਿਹੜਾ ਲੋਕਾਂ ਦਾ ਰੋਸ ਸੀਗਾ ਉਹ ਉਸ ਸਮੇਂ ਦੀ ਸਰਕਾਰ ਦੇ ਖਿਲਾਫ ਸੀਗਾ, ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਜਿਤਾਈ। ਉਸ ਤੋਂ ਬਾਅਦ ਅਕਾਲੀ ਦਲ ਦੀ ਹਵਾ ਚੱਲ ਗਈ, ਅਤੇ ਇਸ ਤਰੀਕੇ ਨਾਲ ਇਹ ਚੱਲਦਾ ਹੁੰਦਾ। ਇਹ ਜ਼ਰੂਰੀ ਨਹੀਂ ਹੈਗਾ ਜੇ ਤੁਸੀਂ ਪੂਰੀ ਮਸ਼ੀਨਰੀ ਵੀ ਲਗਾ ਦਿੱਤੀ ਹੈ ਕਿ ਤੁਹਾਡੇ ਹੱਕ ਵਿੱਚ ਵੋਟ ਵੀ ਪੈ ਜਾਂਦੀ ਹੈ। ਪਰ ਇਹ ਵੀ ਆਪਾਂ ਦੇਖਿਆ ਕਿ ਜਦੋਂ 2022 ਤੋਂ ਬਾਅਦ ਜ਼ਿਮਨੀ ਚੋਣ ਹੁੰਦੀ ਹੈ ਸੰਗਰੂਰ ਦੀ, ਤਾਂ ਉੱਥੇ ਵੀ ਇੱਕ ਸੱਤਾ ਧਿਰ ਪਾਰਟੀ ਹੈ ਅਤੇ ਉਹਨਾਂ ਦੇ ਵੀ ਜਿਹੜੇ MP ਆ ਉਹ ਨਹੀਂ ਜਿੱਤਦੇ। ਦਰਸ਼ਕ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸੋ ਦਰਸ਼ਕੋ, ਅੱਜ ਅਸੀਂ ਗੱਲ ਕੀਤੀ ਹੈ ਜਲੰਧਰ ਜ਼ਿਮਨੀ ਚੋਣ ਦੀ, ਅਤੇ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੱਖ ਵੱਖ ਪਾਰਟੀਆਂ ਦਾ ਕੀ ਆਧਾਰ ਹੈ, ਅਤੇ ਅੱਜ ਜਿਹੜਾ ਚੋਣ ਪ੍ਰਚਾਰ ਜਿਹੜਾ ਸਮਾਪਤ ਹੋਇਆ, ਅਤੇ ਉਹਦੀਆਂ ਜਿਵੇਂ ਪਹਿਲਾਂ ਹੀ ਆਪਾਂ ਜਿਵੇਂ ਗੱਲ ਕੀਤੀ ਹੈ ਕਿ ਪਰਸੋਂ ਨੂੰ 10 ਤਰੀਕ ਨੂੰ ਵੋਟਾਂ ਪੈਣੀਆਂ, 13 ਤਰੀਕ ਨੂੰ ਜਿਹੜੇ ਚੋਣ ਨਤੀਜੇ ਆਉਣੇ ਨੇ, ਹੁਣ ਚੋਣ ਨਤੀਜਿਆਂ ਦੇ ਵਿੱਚ ਕਿਹੜੀ ਪਾਰਟੀ ਭਾਰੂ ਹੁੰਦੀ ਹੈ ਉਹ ਫਿਰ ਹਾਲੇ ਸਮਾਂ ਹੀ ਦੱਸੇਗਾ। ਉਦੋਂ ਤੱਕ ਲਈ ਮੈਨੂੰ ਅਤੇ ਸਾਡੇ ਜਿਹੜੇ ਐਡੀਟਰ ਦਰਸ਼ਨ ਸਿੰਘ ਦਰਸ਼ਨ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।